ਔਰ ਆਜ਼ਾਦੀ 'ਚ ਸਭ ਤੋਂ ਵੱਧ ਨੁਕਸਾਨ ਜਦੋਂ ਪਾਰਟੀਸ਼ਨ ਹੋਈ ਸਾਡਾ ਹੋਇਆ, ਹੋਰ ਕਿਸੇ ਦੇਸ਼ ਦਾ ਨਹੀਂ ਹੋਇਆ। 2-4 ਕਰੋੜ ਦੇ ਕਰੀਬ ਲੋਕ ਸ਼ਿਫਟ ਹੋਏ, 5 ਲੱਖ ਦੇ ਕਰੀਬ ਮਾਰੇ ਗਏ, ਲੇਕਿਨ ਅਸੀਂ ਫਿਰ ਵੀ ਦੇਸ਼ ਵਾਸਤੇ ਹਰ ਵਕਤ ਤਗੜੇ ਹੋ ਕੇ ਲੜਨਾ। ਮੇਰਾ ਹੁਣ ਮਤਲਬ ਕਮ ਟੂ ਦਾ ਪੁਆਇੰਟ ਕਿ ਇਹ ਰਿਪੇਰੀਅਨ ਰਾਈਟ ਛੱਡ ਕੇ ਇੰਦਰਾ ਗਾਂਧੀ ਜੀ ਨੇ ਇੱਕ ਮਿਨਿਸਟਰ ਦੀ ਮੀਟਿੰਗ ਬੁਲਾ ਲਈ, ਔਰ ਮਿਨਿਸਟਰ ਦੀ ਮੀਟਿੰਗ ਬੁਲਾ ਕੇ ਜਿਹਦੇ ਸਿਰਾ ਦਰਬਾਰਾ ਸਿੰਘ ਅਤੇ ਸਾਰੇ ਕਾਂਗਰਸ ਦੇ ਮਿਨਿਸਟਰ, ਦਰਬਾਰਾ ਸਿੰਘ ਵੀ ਸੀ, ਪਹਿਲਾਂ ਤੁਹਾਨੂੰ ਡਰਾਇਆ ਧਮਕਾਇਆ ਦਰਬਾਰਾ ਸਿੰਘ, ਇਹ ਰਿਕਾਰਡ ਪ੍ਰੈਸ 'ਚ ਹੈ, ਦਰਬਾਰਾ ਸਿੰਘ ਅਸਤੀਫਾ ਦੇ ਦਿਉ, ਉਹ ਤੋਂ ਡਰਾ ਕੇ ਉਹ ਵੀ ਦਸਤਖਤ ਕਰ ਲਏ। ਹਾਲਾਂਕਿ ਆਪਣੇ ਵਿਧਾਨ 'ਚ ਪ੍ਰਾਈਮ ਮਿਨਿਸਟਰ ਹੈਜ਼ ਨੋ ਪਾਵਰ, ਜੇ ਡਿਸਟ੍ਰੀਬਿਊਸ਼ਨ ਆਫ ਆਰਡਰ ਹੋਊਗਾ ਇਟ ਇਜ਼ ਬਾਈ ਦਾ ਟ੍ਰਿਬਿਊਨਲ, ਟ੍ਰਿਬਿਊਨਲ ਨੇ ਕਰਨਾ ਹੁੰਦਾ, ਲੇਕਿਨ ਉਹਨੇ ਧੱਕੇ ਨਾਲ ਕਰਤਾ। ਮੈਂ ਇਹਦਾ ਦਾਅਵਾ ਵੀ ਕੀਤਾ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਫੈਸਲਾ ਕੀਤਾ ਇਹ ਕਰ ਨਹੀਂ ਸਕਦਾ, ਜਿੱਥੇ ਉਹਨਾਂ ਨੇ ਉਹ ਕਰਤਾ ਉੱਥੇ ਦਰਬਾਰਾ ਸਿੰਘ, ਮੇਰੇ ਬਾਅਦ ਦਰਬਾਰਾ ਸਿੰਘ ਆ ਗਏ, ਉਹਨਾਂ ਤੋਂ ਕੇਸ ਵੀ ਵਿਦਡਰਾ ਕਰ ਲਿਆ ਜਿਹੜਾ ਮੈਂ ਕੀਤਾ ਸੀ, ਕਿ ਉਹਨਾਂ ਨੂੰ ਰਾਈਟ ਨਹੀਂ, ਕੇਸ ਵਿਦਡਰਾ ਕਰ ਲਿਆ, ਜੇ ਉਹ ਕੇਸ ਰਹਿੰਦਾ ਫਿਰ ਵੀ ਸਾਡਾ ਚਾਰ। ਫਿਰ ਇਹ ਫੈਸਲਾ ਹੋ ਕੇ ਇਹਦੀ ਐਡਮਿਨਿਸਟ੍ਰੇਟਿਵ ਅਪਰੂਵਲ, ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਗੁਨਾਹਗਾਰ ਕੌਣ ਹੈ, ਉਹ ਉਹਨਾਂ ਨੇ ਗਿਆਨੀ ਜ਼ੈਲ ਸਿੰਘ ਨੇ, ਰਿਕਾਰਡ ਦੀ ਗੱਲ ਹੈ, ਐਡਮਿਨਿਸਟ੍ਰੇਟਿਵ ਅਪਰੂਵਲ ਦਿੱਤੀ, ਕਿਸੇ ਪ੍ਰੋਜੈਕਟ ਦੀ ਐਡਮਿਨਿਸਟ੍ਰੇਟਿਵ ਅਪਰੂਵਲ ਤੋਂ ਬਿਨਾਂ ਬਣ ਹੀ ਨਹੀਂ ਸਕਦਾ, ਐਡਮਿਨਿਸਟ੍ਰੇਟਿਵ ਅਪਰੂਵਲ ਦਿੱਤੀ। ਫਿਰ ਇੰਦਰਾ ਗਾਂਧੀ ਖੁਦ ਪੱਟਣ ਵਾਸਤੇ ਆਈ, ਟੱਕ ਲਾਉਣ ਵਾਸਤੇ ਆਈ, ਉਹਦੇ ਨਾਲ ਅਮਰਿੰਦਰ ਸਿੰਘ ਜਿਹੜਾ ਹੁਣ ਲਫਾਫੇਬਾਜ਼ੀ ਕਰਦਾ ਹੈ, ਇਹ ਉੱਥੇ ਉਹਨੂੰ ਉਹਦੇ ਹਲਕੇ 'ਚ ਸੱਦਿਆ ਗਿਆ, ਬੜਾ ਜਸ਼ਨ ਮਨਾਇਆ ਗਿਆ, ਬੜੀ ਰੈਲੀ ਕੀਤੀ, ਇਹ ਤਾਂ ਉਹਨਾਂ ਦਾ ਰੋਲ ਹੈ। ਅਸੀਂ ਕਦਮ ਕਦਮ 'ਤੇ ਹਰ ਥਾਂ 'ਤੇ, ਭਾਵੇਂ ਸੁਪਰੀਮ ਕੋਰਟ ਦਾਅਵਾ ਕੀਤਾ, ਭਾਵੇਂ ਹੋਰ ਕੀਤਾ, ਜਿਸ ਦਿਨ ਇੰਦਰਾ ਗਾਂਧੀ ਆਈ ਅਸੀਂ ਉਸੇ ਜਗ੍ਹਾ 'ਤੇ ਹੀ ਗ੍ਰਿਫਤਾਰੀਆਂ ਦਿੱਤੀਆਂ, ਮੋਰਚਾ ਲਾਇਆ, ਔਰ ਪਾਣੀ ਨਹੀਂ ਜਾਣ ਦਿੱਤਾ। ਹੁਣ ਵੀ ਮੈਂ ਅਸ਼ੋਰ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਜੇ ਪਾਣੀ ਬਚਾਉਣਾ ਹੈ ਤਾਂ ਅਕਾਲੀ ਦਲ ਹੀ ਬਚਾ ਸਕਦਾ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਜ਼ ਕਮਿਟਿਡ ਕਿ ਅਸੀਂ ਪਾਣੀ ਨਹੀਂ